ਸਤਿ ਸ਼੍ਰੀ ਅਕਾਲ। ਬੇਹੱਦ ਅਹਿਮ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਅਤੇ ਨਾਲ ਹੀ ਦੱਸਣ ਲੱਗਿਆਂ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਸਾਵਧਾਨੀ ਅਸੀਂ ਕਈ ਵਾਰ ਨਹੀਂ ਰੱਖਦੇ ਤਾਂ ਉਹਦੇ 'ਤੇ ਕਾਰਵਾਈ ਵੀ ਹੋ ਸਕਦੀ ਹੈ। ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਉਰੇ ਵੀ ਕਈ ਵਾਰ ਇਸ ਤਰ੍ਹਾਂ ਦਾ ਦੇਖਿਆ ਗਿਆ। ਹੁਣ ਤੱਕ ਸਮਝ ਗਏ ਹੋਵੋਗੇ ਵੀਡੀਓ ਦੇਖ ਕੇ ਕਿ ਆਖਰ ਇੱਕ ਵੀਡੀਓ ਸਾਂਝਾ ਹੋਇਆ, 11,000 ਤੋਂ ਜ਼ਿਆਦਾ ਲੋਕ ਉਹਨੂੰ ਦੇਖ ਚੁੱਕੇ ਨੇ, ਹਜੇ ਵੀ ਲਗਾਤਾਰ ਟਵਿੱਟਰ 'ਤੇ ਵਾਇਰਲ ਹੋ ਰਿਹਾ ਹੈ, ਜਿਹਦੇ ਵਿੱਚ ਲਿਖਿਆ ਜਾਂਦਾ ਇਹ ਹੈਦਰਾਬਾਦ ਦਾ ਵੀਡੀਓ। ਇੱਕ ਤਾਂ ਤੁਹਾਨੂੰ ਦੱਸਦਾ, ਦੂਜਾ ਇਹ ਉਹ 'ਚ ਲਿਖਿਆ ਜਾਂਦਾ ਹੈ ਜਿਹੜੀ ਇੱਕ ਸੋਚੋ ਜ਼ਰਾ ਕਰਕੇ ਅਕਾਊਂਟ ਹੈ ਟਵਿੱਟਰ 'ਤੇ ਕਹਿ ਸਕਦੇ ਹਾਂ ਉਹਨੇ ਇਸ ਵੀਡੀਓ ਨੂੰ ਬਣਾਉਂਦਾ ਪਹਿਲਾਂ ਬਣਾ ਕੇ ਫਿਰ ਟ੍ਰੈਫਿਕ ਪੁਲਿਸ ਹੈਦਰਾਬਾਦ ਨੂੰ ਟੈਗ ਕਰਦੇ ਨੇ, ਜਿਸ ਤੋਂ ਬਾਅਦ ਲਿਖਿਆ ਜਾਂਦਾ ਖਾਸ ਤੌਰ 'ਤੇ ਜਿਹੜੀਆਂ ਲਾਈਨਾਂ ਲਿਖੀਆਂ ਨੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਵੇ ਕਿਤਨੇ ਗੈਰ ਜ਼ਿੰਮੇਦਾਰ ਮਾਤਾ ਪਿਤਾ ਹੈ, ਕਿਰਪਾ ਸਮੀਖਿਆ ਕਰੇ ਸਰ ਔਰ ਕਾਰਵਾਈ ਕਰੇ। ਜਿਸ ਤੋਂ ਬਾਅਦ ਜੇ ਕਹੀਏ ਟ੍ਰੈਫਿਕ ਪੁਲਿਸ ਨੇ ਵੀ ਸਮਾਂ ਨਹੀਂ ਲਾਇਆ, ਨਾਲ ਦੇ ਨਾਲ ਇੱਕ ਰਿਪਲਾਈ ਕਰਿਆ ਅਤੇ ਇਹ ਜਵਾਬ ਦਿੱਤਾ ਜਾਂਦਾ ਸਾਈਬਰਾਬਾਦ ਪੁਲਿਸ ਦੇ ਵੱਲੋਂ ਕਿ ਮਾਤਾ ਪਿਤਾ ਦੇ ਖਿਲਾਫ਼ ਅਵਸ਼ਕ ਜਿਹੜੀ ਕਾਰਵਾਈ ਹੈ, ਜਿਹੜੀ ਜ਼ਰੂਰੀ ਕਾਰਵਾਈ ਹੈ ਉਹ ਕੀਤੀ ਜਾਊਗੀ ਅਤੇ ਨਾਲ ਹੀ ਈ ਚਲਾਨ ਹੈ ਜਿਹੜਾ ਇਹ ਜਨਰੇਟ ਕਰ ਦਿੱਤਾ ਗਿਆ। ਇਸ ਤਰ੍ਹਾਂ ਦੇ ਵੀਡੀਓ ਕਈ ਵਾਰੀ ਜਾਂ ਵੀਡੀਓ ਕਹੀਏ ਕਿ ਜਾਂ ਸਾਨੂੰ ਖੁਦ ਨੇ ਕਈ ਵਾਰੀ ਇਹ ਚੀਜ਼ ਐਕਸਪੀਰੀਅੰਸ ਕਰੀ ਹੈ ਕਿ ਲੋਕ ਕਈ ਵਾਰ ਬੱਚਿਆਂ ਦੀ ਚੌੜ ਲਾ ਲਓ ਜਾਂ ਫਿਰ ਬੱਚਿਆਂ ਨੂੰ ਲੈ ਕੇ ਅਣਗਹਿਲੀ ਕਹਾਂਗੇ ਕਿਉਂਕਿ ਬੱਚੇ ਅਨਪੋਲ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਚੀਜ਼ ਦਾ ਕੀ ਇਫੈਕਟ ਜਾ ਸਕਦਾ। ਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖ ਜਾਂਦੀਆਂ ਨੇ ਕਿ ਬੱਚੇ ਇਸ ਵੀਡੀਓ 'ਚ ਵੀ ਤੁਸੀਂ ਦੇਖ ਰਹੇ ਹੋ ਡਿੱਗੀ 'ਚ ਬੈਠੇ ਨੇ, ਕਾਰ ਚੱਲ ਰਹੀ ਹੈ, ਮਾਤਾ ਪਿਤਾ ਅੱਗੇ ਬੈਠੇ ਨੇ ਅਤੇ ਉਹ ਪਿੱਛੇ ਭਾਵੇਂ ਆਪਦੇ ਮੰਨਣੇ ਜੇ ਕਹੀਏ ਜਵਾਕਾਂ ਦੇ ਉਹ ਇੰਜੋਏ ਕਰ ਰਹੇ ਹੋਣ, ਪਰ ਇਹਦੇ ਨਾਲ ਬਹੁਤ ਵੱਡਾ ਹਾਦਸਾ ਕਿਸੇ ਵੀ ਬੱਚੇ ਦੇ ਨਾਲ ਕੋਈ ਹੋ ਸਕਦਾ, ਜਿਹਨੂੰ ਲੈ ਕੇ ਕਹਿ ਸਕਦੇ ਹਾਂ ਇਹ ਵੀਡੀਓ ਜਦੋਂ ਬਣਾਇਆ ਗਿਆ ਵੀਡੀਓ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਲਗਾਤਾਰ ਵਾਇਰਲ ਹੁੰਦਾ, ਟ੍ਰੈਫਿਕ ਪੁਲਿਸ ਨੂੰ ਟੈਗ ਕੀਤਾ ਜਾਂਦਾ ਤਾਂ ਟ੍ਰੈਫਿਕ ਪੁਲਿਸ ਵੀ ਬਿਨਾਂ ਸਮਾਂ ਰਹਿੰਦੇ ਇਹਦੇ 'ਤੇ ਕਾਰਵਾਈ ਕਰਦੀ ਹੈ। ਇਸ ਵੀਡੀਓ ਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਿ ਆਖਿਰਕਾਰ ਬੱਚਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਅਣਗਹਿਲੀ ਰੱਖਣੀ ਚਾਹੀਦੀ ਹੈ ਜਾਂ ਫਿਰ ਇਹ ਇੱਕ ਇੰਜੋਏਫੁਲ ਮੂਵਮੈਂਟ ਸੀਗਾ, ਇਸ ਵੀਡੀਓ ਬਣਾਉਣ ਵਾਲੇ ਦੀ ਗਲਤ ਧਾਰਨਾ ਹੈਗਾ, ਇਹਦੇ 'ਤੇ ਰਾਏ ਤੁਸੀਂ ਦਿਓਗੇ।